ਰਵਿਦਾਸ ਜੀ ਨੂੰ ਜੀ ਕਰਕੇ ਬਾਣੀ ਵਿੱਚ ਲਿਖਿਆ ਇਹਨਾਂ ਮਾਣ ਸਤਿਕਾਰ ਗੁਰੂ ਦੇਵ ਨੇ ਸੱਚੇ ਪਾਤਸ਼ਾਹ ਇਹਨਾਂ ਭਗਤਾਂ ਨੂੰ ਨਾਮ ਜਪਣ ਵਾਲਿਆਂ ਨੂੰ ਦਿੱਤਾ। ਸੋ ਜਿਹੜਾ ਵੀ ਦੀਵੀ ਜਾਤ ਦਾ ਨਾਮ ਜਪੇਗਾ ਗੁਰੂ ਨਾਨਕ ਪਾਤਸ਼ਾਹ ਦੀ ਉਹਦੇ ਉੱਤੇ ਕਿਰਪਾ। ਜਾਤ ਪਾਤ ਦਾ ਮਸਲਾ ਹੀ ਜੜੋਂ ਹੀ ਪੜ੍ਹ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸੋ ਉਸ ਭਗਤੀ ਪਾਵਨ ਪਵਿੱਤਰ ਦਾਰਸ਼ਨਿਕ ਔਰ ਮਿੱਠੀ ਬਾਣੀ ਮਰਾਠੀ ਦੇ ਵਿੱਚ ਉਚਾਰਨ ਕੀਤੀ ਸੀ ਭਗਤ ਨਾਮ ਦੇਵ ਜੀ ਨੇ ਕੀਤੀ ਹੈ। 693 ਆਪ ਜੀ ਦਾ ਪਾਵਨ ਪਵਿੱਤਰ ਵਚਨ ਹੈ। ਸੋ ਭਗਤ ਜੀ ਦਇਆ ਕਰਦੇ ਨੇ ਪਹਿਲ ਹੋਈਏ ਪੁੰਡਰਕ ਮਨ। ਪੁੰਡਰਕ ਕਹਿੰਦੇ ਨੇ ਕੌਲ ਨੂੰ। ਸਭ ਤੋਂ ਪਹਿਲਾਂ ਧਰਤੀ ਦੇ ਉੱਤੇ ਇਸ ਸੰਸਾਰ ਦੇ ਪੈਦਾਸ਼ ਪੈਦਾ ਹੋਣ ਤੋਂ ਪਹਿਲਾਂ ਕੌਲ ਕੁਲੀ ਸਨ। ਬ੍ਰਹਮੇ ਦਾ ਜਨਮ ਹੈ ਜਿਹੜਾ ਉਹ ਕੌਲ ਕੁਲ ਦੀ ਨਾਲੀ ਦੇ ਵਿੱਚੋਂ ਹੋਇਆ। ਤਾਜੇ ਹੰਸਾ ਸਗਲੇ ਜਨਾ, ਉਸ ਤੋਂ ਉਪਰੰਤ ਜਿਹੜੀਆਂ ਆਤਮਾਵਾਂ ਨੇ, ਹੰਸ ਹਨ ਆਤਮਾਵਾਂ, ਜਿੰਨੀਆਂ ਆਤਮਾਵਾਂ ਹਨ ਉਹ ਸਾਰੀਆਂ ਬ੍ਰਹਮਾ ਨੇ ਪੈਦਾ ਕੀਤੀਆਂ। ਸਤ ਸੰਸਾਰ ਦੀ ਜਿਹੜਾ ਉਤਪਤੀ ਵਾਹਿਗੁਰੂ ਦੇ ਹੁਕਮ ਅਨੁਸਾਰ ਬ੍ਰਹਮੇ ਨੇ ਕੀਤੀ। ਸੋ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਨ ਦੀ ਨਾਚ। ਸੋ ਵਾਹਿਗੁਰੂ ਹੈ ਕ੍ਰਿਸ਼ਨਾ, ਵਾਹਿਗੁਰੂ ਤੋਂ ਹੀ ਇਹ ਨੱਚਣ ਵਾਲਾ ਸੰਸਾਰ ਹੈ ਜਿਹੜਾ ਆਤਮਾਵਾਂ ਨੇ, ਜਿਹੜੀਆਂ ਆਤਮਾਵਾਂ ਦਾ ਡਾਂਸ ਹੀ ਹੈ, ਇਹ ਨਾਚ ਹੀ ਹੈ ਨਾ। ਆਤਮਾ ਆ ਜਾਂਦੀ ਹੈ, ਚਲੇ ਜਾਂਦੀ ਹੈ, ਜੀਵਨ ਦੀ ਖੇਡ ਖੇਡ ਕੇ ਚਲੇ ਜਾਂਦੀ ਹੈ ਸੰਸਾਰ ਦੇ ਵਿੱਚੋਂ, ਫਿਰ ਧੀਆਂ ਪੁੱਤਰਾਂ ਦੇ ਵਿੱਚ ਖੇਡ ਕੇ, ਮਾਇਆ ਕਮਾ ਕੇ, ਲੜਾਈ ਝਗੜੇ ਪਾ ਕੇ, ਖੇਡ ਖੇਡ ਕੇ ਫਿਰ ਸੰਸਾਰ ਦੇ ਵਿੱਚ ਚਲੇ ਜਾਂਦੀ ਹੈ, ਫਿਰ ਆ ਜਾਂਦੀ। ਜਨਮ ਮਨ ਦਾ ਚੱਕਰ ਪਿਆ ਰਹਿੰਦਾ ਹੈ। ਪੈਦਾ ਹੋਇਆ ਵਾਹਿਗੁਰੂ ਤੋਂ, ਇਹ ਨਾਚ ਹੈ ਵਾਹਿਗੁਰੂ ਤੋਂ ਹੀ ਪੈਦਾ ਹੋਇਆ। ਪਹਿਲ ਪੁਰਸਾਵਰਾ, ਸਭ ਤੋਂ ਪਹਿਲਾਂ ਭਗਤ ਨਾਮਦੇਵ ਜੀ ਕਹਿੰਦੇ ਪੁਰਸਾਵਰਾ ਪੁਰਸ਼ ਵਾਹਿਗੁਰੂ, ਉਹ ਸੱਤਾ ਦਾ ਮਾਲਕ, ਤਾਕਤ ਦਾ ਮਾਲਕ, ਸਭ ਤੋਂ ਪਹਿਲਾਂ ਇਕੱਲਾ ਵਾਹਿਗੁਰੂ ਹੀ ਸੀ ਸੰਸਾਰ ਦੇ ਵਿੱਚ। ਉਥੋਂ ਪੁਰਸਾਦਮਰਾ, ਉਥੋਂ ਉਸ ਤੋਂ ਉਪਰੰਤ ਵਾਹਿਗੁਰੂ ਦੀ ਪੈਦਾ ਕੀਤੀ ਮਾਇਆ ਪੈਦਾ ਹੋਈ, ਉਸਨੇ ਮਾਇਆ ਪੈਦਾ ਕੀਤੀ। ਅਸਗਾ ਅਸ ਉਸਗਾ, ਅਸਗਾ ਇਹ ਸੰਸਾਰ, ਅਸਗਾ ਅਸ ਉਸਗਾ, ਇਹ ਸਾਰਾ ਸੰਸਾਰ ਜਿਹੜਾ ਪੈਦਾ ਕੀਤਾ ਹੋਇਆ ਸੰਸਾਰ, ਇਹ ਉਸ ਵਾਹਿਗੁਰੂ ਦਾ ਹੀ ਰੂਪ। ਹਰਕਾ ਬਾਗਰਾ ਨਾਚਾ ਪਿੰਦੀ ਮਹਿ ਸਾਗਰਾ, ਇਹ ਜਿਵੇਂ ਸਾਗਰ ਦੇ ਵਿੱਚ ਲਹਿਰਾਂ ਉੱਠਦੀਆਂ ਹਨ, ਲਹਿਰਾਂ ਹਨ ਸਾਗਰ ਤੋਂ ਭਿੰਨ ਨਹੀਂ ਹੁੰਦੀਆਂ, ਪਾਣੀ ਦੇ ਨਾਲ ਉੱਠਦੀਆਂ, ਉਹਦੇ ਵਿੱਚ ਹੀ ਸਮਾ ਜਾਂਦੀਆਂ। ਇਸ ਤਰ੍ਹਾਂ ਇਹ ਸੰਸਾਰ ਹੈ ਜਿਹੜਾ, ਇਹ ਵਾਹਿਗੁਰੂ ਸਾਗਰ ਰੂਪ ਹੈ, ਜਿੰਨੀਆਂ ਆਤਮਾ ਹਨ, ਜਿੰਨੇ ਜੀਵ ਹਨ, 84 ਲੱਖ ਜੀਵ, ਇਹ ਸਾਰੇ ਉਸ ਵਾਹਿਗੁਰੂ ਦੇ ਬਾਗ ਦੇ ਵਿੱਚੋਂ ਹੀ ਹਨ, ਉਸ ਸਾਗਰ ਰੂਪ ਦੇ ਵਿੱਚੋਂ ਪੈਦਾ ਹੁੰਦੇ ਹਨ, ਉਹਦੇ ਵਿੱਚ ਹੀ ਫਿਰ ਸਮਾ ਜਾਂਦੇ। ਨਾਚੰਤੀ ਗੋਪੀ ਜਨ, ਇਹ ਗੋਪੀਆਂ ਆਤਮਾਵਾਂ ਹਨ, ਇਹ ਖੇਡ ਖੇਡ ਰਹੀਆਂ ਹਨ ਨਈਆ ਤੇ ਬਹਿਰੇ ਕਨਾ। ਤੁਸੀਂ ਸੋਚੋ ਭਗਤ ਨਾਮਦੇਵ ਜੀ ਦਇਆ ਕਰਦੇ ਹਨ, ਨਈਆ ਤੇ ਬਹਿਰੇ ਕਨਾ, ਇਸ ਸੰਸਾਰ ਦੇ ਮਾਲਕ ਤੋਂ ਬਿਨਾਂ ਸੰਸਾਰ ਇਹ ਕਿਵੇਂ ਤੁਰ ਸਕਦਾ, ਨਾਇਕ ਤੋਂ ਬਿਨਾਂ ਸੰਸਾਰ ਕਿਵੇਂ ਤੁਰ ਸਕਦਾ, ਬਲਾਹ ਤੋਂ ਬਿਨਾਂ ਬੇੜੀ ਕਿਵੇਂ ਤੁਰ ਸਕਦੀ। ਸਾਰੇ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਹੈ, ਬਲਾਹ ਹੈ, ਨਾਇਕ ਹੈ ਸੰਸਾਰ ਦਾ। ਤਰਕ ਨਾ ਚਾ, ਇਸ ਗੱਲ ਦੇ ਉੱਤੇ ਤਰਕ ਨਾ ਕਰ, ਭਰਮ ਨਾ ਕਰ। ਜੇ ਤਰਕ ਕਰੇਗਾ ਦਲੀਲ ਦੇ ਵਿੱਚ ਪੈ ਜਾਵੇਗਾ, ਭਰਮੀਆਂ ਚਾ ਭਰਮ ਪੈਦਾ ਹੋਜੂ, ਮਨ ਦੇ ਵਿੱਚ ਵਹਿਮ ਪੈਦਾ ਹੋਜੂ, ਸ਼ੰਕੇ ਪੈਦਾ ਹੋ ਜਾਣਗੇ ਜਿਹੜੇ ਤਰਕ ਕਰਦੇ ਨੇ ਵੀ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਹੀ, ਵਾਹਿਗੁਰੂ ਹੈ ਹੀ ਨਹੀਂ। ਇਹ ਤਰਕ ਕਰਦਾ ਫਿਰ ਕਹਿੰਦੇ ਭਰਮੀਆਂ ਚਾ, ਤਰਕ ਵਾਲੇ ਦੇ ਮਨ ਦੇ ਵਿੱਚ ਭਰਮ ਪੈਦਾ ਹੋ ਜਾਂਦਾ। ਭਰਮਿਆ ਹੋਇਆ ਇਨਸਾਨ ਹੈ ਜਿਹੜਾ, ਉਹ ਨਾਮ ਛੱਡ ਦਿੰਦਾ, ਬਾਣੀ ਛੱਡ ਦਿੰਦਾ, ਵਾਹਿਗੁਰੂ ਤੋਂ ਬੇਮੁੱਖ ਹੋ ਕੇ ਫਿਰ ਖੁਦਕਸ਼ੀਆਂ ਕਰਦਾ। ਸੋ ਇੱਥੋਂ ਹੀ ਗੱਲ ਪੈਦਾ ਹੁੰਦੀ ਹੈ, ਭਗਤ ਨਾਮਦੇਵ ਜੀ ਨੇ ਕਿੱਡੀ ਵੱਡੀ ਇਹ ਸਮਝ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ, ਗੁਰੂ ਅਮਰਦਾਸ ਨਾਮ ਸੱਚੇ ਪਾਤਸ਼ਾਹ ਦਾ ਵਚਨ ਹੈ, ਨਾਮ ਨਾ ਜਪੈ ਤੇ ਆਤਮ ਧਰਤੀ। ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਤਰਕ ਕਰਨ ਲੱਗ ਜਾਂਦੇ ਹਨ, ਉਹ ਆਪਣੇ ਆਪ ਦਾ ਘਾਤ ਕਰਦੇ ਨੇ। ਆਪਣੇ ਆਪ ਦਾ ਘਾਤ ਕੀ ਕਰਨਾ ਹੈ? ਨਾਮ ਨਾ ਜਪਣਾ, ਆਪਣੇ ਅੰਦਰ ਜਿਹੜੇ ਆਤਮਾ ਦੇ ਗੁਣ ਹਨ ਉਹਨਾਂ ਨੂੰ ਪ੍ਰਗਟ ਨਾ ਹੋਣ ਦੇਣਾ, ਉਹਨਾਂ ਨੂੰ ਪ੍ਰਕਾਸ਼ ਨਾ ਕਰਨਾ, ਭੁੱਲ ਜਾਣਾ। ਅੰਦਰ ਜਿਹੜੇ ਆਤਮਕ ਗੁਣ ਹਨ ਉਹਨਾਂ ਨੂੰ ਭੁੱਲ ਜਾਣਾ, ਉਹ ਮਰ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਹਰ ਵਿਸਰਤ ਤੇਰੇ ਗੁਣ ਮਿਲਿਆ, ਵਾਹਿਗੁਰੂ ਨੂੰ ਵਿਸਾਰਨ ਨਾਲ, ਭੁੱਲਣ ਨਾਲ ਗੁਣ ਖਤਮ ਹੋ ਜਾਂਦੇ ਨੇ। ਤੇ ਸਿਆਣੇ ਐਂ ਵੀ ਆਪ ਕਰਦੇ ਨੇ, ਗੁਣ ਗਲਿਆ ਗਲਿਆਂ ਤੋਂ ਉਕਲੇ ਰੱਸਿਆਂ ਨੂੰ ਵੀ ਕਹਿੰਦੇ ਨੇ, ਤੇਰੇ ਗਲਦੇ ਵਿੱਚ ਔਗਣਾਂ ਦੇ ਰੱਸੇ ਪੈ ਜਾਂਦੇ। ਸੋ ਇਸ ਕਰਕੇ ਤਰਕ ਨਾ ਕਰ, ਜੋ ਕੁਛ ਭਗਤ ਨਾਮਦੇਵ ਜੀ ਕਹਿੰਦੇ ਨੇ ਵਾਹਿਗੁਰੂ ਬਾਰੇ ਦੱਸਿਆ ਹੈ, ਇਹ ਇਹ ਤਰਕ ਦੇ ਵਿੱਚ ਨਾ ਜਾ, ਭਰਮੀਆਂ ਜਾਂ ਭਰਮ ਜਾਵੇਗਾ। ਕੇਸਵਾ ਬਚਾਉਣੀ ਕਹੀਏ ਮਈਏ, ਇਹ ਆਨ ਜੀ ਹੋ, ਕੇਸਵਾ ਬਚਾਉਣੀ, ਕੇਸਵਾ ਵਾਹਿਗੁਰੂ ਦਾ ਵਚਨ ਹੈ ਜਿਹੜਾ, ਕਹੀਏ ਮਈਏ, ਇਹ ਆਨ ਜੀ ਹੋ,
ਜਿਹੜੇ ਭਗਤ ਹਨ ਉਹਨਾਂ ਬਚਨਾਂ ਨੂੰ ਕਮਾ ਕੇ ਇੱਕ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ। ਪਿੰਡੀ ਉਪਕਲੇ ਸੰਸਾਰਾ, ਪਿੰਡੀ ਉਪਕਲੇ ਜਿਵੇਂ ਖੂਹ ਦੀਆਂ ਟਿੰਡਾਂ ਹੁੰਦੀਆਂ ਹਨ, ਖਾਲੀ ਹੋ ਕੇ ਜਾਂਦੀਆਂ, ਭਰ ਕੇ ਪਾਣੀ ਨਾਲ ਆਈ ਜਾਂਦੀਆਂ। ਇਵੇਂ ਜੀਵ ਸੰਸਾਰ ਦੇ ਵਿੱਚ ਆਈ ਜਾਂਦੇ ਨੇ, ਆਪਣੇ ਆਪਣੇ ਕਰਮਾਂ ਅਨੁਸਾਰ ਸੰਸਾਰ ਦੇ ਵਿੱਚ ਦੁੱਖ ਸੁੱਖ ਭੋਗ ਕੇ ਜਾਂਦੇ ਰਹਿੰਦੇ। ਅਰਦਾਸ ਦੇ ਵਿੱਚ ਵਾਹਿਗੁਰੂ ਦੇ ਚਰਨ ਫੜੇ ਹੋਏ ਨੇ, ਤੂੰ ਕੁੰਨ ਨੇ, ਤਾਂ ਅੱਗੋਂ ਭਰਮ ਭਰਮ ਕੇ ਅਰਦਾਸ ਕਰਦੇ ਨੇ ਭਗਤ ਨਾਮਦੇਵ ਜੀ। ਤਾਂ ਅੱਗੋਂ ਵਾਹਿਗੁਰੂ ਜੀ ਸਵਾਲ ਪੁੱਛਦਾ, ਤੂੰ ਕੁਰਡੇ, ਤੂੰ ਕੌਣ ਹੈ ਜੀ ਮੇਰੇ ਚਰਨ ਪੜਦੇ? ਮੈਂ ਜੀ ਨਾਮਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਨਾਮਾ। ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ, ਤੂੰ ਕੀ ਚਾਹੁੰਦਾ? ਹੋ ਜੀ ਹੇ ਵਾਹਿਗੁਰੂ, ਹੇ ਨਾਰਾਇਣ, ਆਲਾ ਤੇ ਨਿਵਾਰਨਾ, ਜਿਹੜੇ ਘਰ ਦੇ ਕੰਮ ਧੰਦੇ ਹਨ, ਜਿਹੜੇ ਇਸ ਜਨਮ ਦੇ ਦੁੱਖ ਹਨ, ਆਲਾ ਘਰ ਨੂੰ ਕਹਿੰਦੇ, ਆਲਿਆ ਘਰ ਨੂੰ ਕਹਿੰਦੇ ਨੇ, ਘਰ ਦੇ ਦੁੱਖ ਕਲੇਸ਼, ਇਸ ਸਰੀਰ ਰੂਪੀ ਘਰ ਦੇ ਦੁੱਖ ਕਲੇਸ਼ ਜਨਮ ਕਰਕੇ ਪਏ ਹੋਏ ਨੇ, ਇਹਨਾਂ ਤੋਂ ਮੈਨੂੰ ਨਿਵਾਰ ਲਿਓ, ਬਚਾ ਲਓ। ਜਮ ਕਾਰਨ, ਇਹ ਜਮ ਦਾ ਕਾਰਨ ਹੈ, ਜਿਹੜੇ ਜਮਾਂ ਦੇ ਕੋਲ ਲੈ ਕੇ ਜਾਂਦੇ ਨੇ, ਇਹਨਾਂ ਤੋਂ ਬਚਾ ਲਿਓ, ਇਹ ਮੇਰੇ ਉੱਤੇ ਕਿਰਪਾ। ਸੋ ਇਹ ਸਾਨੂੰ ਅਰਦਾਸ ਦਾ ਢੰਗ ਭਗਤ ਨਾਮਦੇਵ ਜੀ ਨੇ ਦਰਸਾਇਆ ਹੈ। ਵਾਹਿਗੁਰੂ ਦੇ ਚਰਨ ਆਪਣੀ ਸੁਰਤੀ ਨਾਲ ਘੁੱਟ ਕੇ ਪੜ ਲਾ, ਸਦਾ ਧਿਆਨ ਵਿੱਚ ਵਾਹਿਗੁਰੂ ਦੇ ਚਰਨ ਰੱਖ, ਸੋ ਤੈਨੂੰ ਉਹ ਜਮਾਂ ਤੋਂ ਬਚਾ ਲਈ। ਸੋ ਅੱਜ ਦਾ ਇਹ ਪਾਵਨ ਉਪਦੇਸ਼ ਭਗਤ ਨਾਮਦੇਵ ਜੀ ਦੀ ਪਵਿੱਤਰ ਰਸਨਾ ਰਾਹੀਂ ਬਖਸ਼ਿਸ਼ ਹੋਇਆ ਹੈ। ਨਾਮ ਜਪਣ ਖਾਤਰ ਉਪਦੇਸ਼ ਕੀਤਾ ਹੈ, ਧਿਆਨ ਧਾਰਨ ਖਾਤਰ ਉਪਦੇਸ਼ ਕੀਤਾ ਹੈ। ਸਤਿਗੁਰੂ ਮੇਰਾ ਕਰਨ, ਭਗਤ ਨਾਮਦੇਵ ਜੀ ਦੀ ਜੀ ਦਇਆ ਮਾਇਆ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਲੈ ਜਾਵੇ। ਇਸ ਉਪਦੇਸ਼ ਨੂੰ ਕਮਾਉਣ ਲਈ ਭਗਤ ਜੀ ਦੇ ਚਰਨਾਂ ਵਿੱਚ ਆਪਾਂ ਬੇਨਤੀ ਕਰੀਏ ਕਿ ਭਗਤ ਜੀ ਬਲਬੁੱਧ ਬਖਸ਼ਣ, ਦਰ ਮਾਇਆ ਦੀਆਂ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਗਰੀਬ ਨਿਵਾਸ ਪ੍ਰਵਾਨ ਕਰਨ, ਉਹਨਾਂ ਤੋਂ ਨਾਲ ਸੇਵਾ ਕਰਨੀ ਜੀ। ਆਓ ਭਗਤ ਬੁਲਾ ਕੇ ਆਸਰਾ ਮੰਗੀਏ ਗੁਰੂ ਚਰਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।